ਨੰਗਲ 'ਚ ਬਣ ਰਹੇ ਫਲਾਈਓਵਰ ਦੇ ਰਸਤੇ 'ਚ ਆ ਰਹੀਆਂ ਖੋਖਾ ਮਾਰਕੀਟ ਨੂੰ ਚੁੱਕਿਆ ਜਾ ਰਿਹਾ। ਪ੍ਰਸ਼ਾਸਨ ਵੱਲੋਂ ਸੋਮਵਾਰ ਤੱਕ ਦਾ ਸਮਾਂ ਖੋਖੇ ਚੁੱਕਣ ਲਈ ਦਿੱਤਾ ਗਿਆ ਸੀ। ਬੇਸ਼ੱਕ ਮਾਲਕਾਂ ਨੇ ਮਾਰਕੀਟ ਖਾਲੀ ਕਰਨੀ ਸ਼ੁਰੂ ਕਰ ਦਿੱਤੀ ਹੈ, ਪਰ ਨਾਲੋ ਨਾਲ ਉਹ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕਰ ਰਹੇ ਨੇ ਕਿ ਅਧਿਕਾਰੀਆਂ ਨੇ ਨਿਯਮਤ ਥਾਂ ਦੇਣ ਦਾ ਵਾਅਦਾ ਕੀਤਾ ਸੀ, ਪਰ ਇਹ ਹਾਲੇ ਤੱਕ ਵਫਾ ਨਹੀਂ ਹੋ ਸਕਿਆ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ ਖੋਖਾ ਮਾਲਕਾਂ ਨੂੰ ਇੱਕ ਵਾਰ ਸਮਾਂ ਦਿੱਤਾ ਜਾ ਚੁੱਕਿਆ ਅਤੇ ਹੁਣ ਦੂਜੀ ਵਾਰ ਸਮਾਂ ਵਧਾਉਣ ਦੀ ਕੋਈ ਸੰਭਾਵਨਾ ਨਹੀਂ ਸੀ, ਜਿਸ ਦੇ ਚੱਲਦਿਆਂ ਖੋਖਾ ਮਾਲਕਾਂ ਵੱਲੋਂ ਬੇਸ਼ੱਕ ਰੋਸ ਪ੍ਰਦਰਸ਼ਨ ਜਾਰੀ ਹੈ, ਪਰ ਉਹਨਾਂ ਆਪਣੀ ਮਾਰਕੀਟ ਹਟਾਉਣੀ ਸ਼ੁਰੂ ਜ਼ਰੂਰ ਕਰ ਦਿੱਤੀ ਹੈ। ਦੇ ਅੱਗੇ ਹੱਥ ਜੋੜ ਕੇ ਬੇਨਤੀ ਇਹੀ ਕਰਨਾ ਚਾਹੁੰਦਾ ਕਿ ਅਸੀਂ 30-35 ਸਾਲਾਂ ਤੋਂ ਇੱਥੇ ਨੰਗਲ 'ਚੋਂ ਬੈਠੇ ਹੈ, ਰੇਲਵੇ ਫਾਟਕ ਉਨਾ ਰੋਡ ਨੰਗਲ ਡੈਮ, ਜੋ ਕਿ ਸਾਡੀ ਮਾਰਕੀਟ ਅਤੇ ਸਾਡਾ ਮੋਟਰਸਾਈਕਲਾਂ ਦਾ ਕੰਮ ਹੈ। ਸਰਕਾਰ ਦੇ ਅੱਗੇ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਹੈ, ਸਾਡੀ ਸਰਕਾਰ ਪਹਿਲਾਂ ਸਾਨੂੰ ਇਹੀ ਕਹਿੰਦੀ ਵੀ ਤੁਹਾਨੂੰ 5-5 ਫੁੱਟ 10-10 ਫੁੱਟ ਜਿੱਥੇ ਵੀ ਸ਼ਹਿਰ 'ਚੋਂ ਜਗ੍ਹਾ ਖਾਲੀ ਉੱਥੇ ਤੁਸੀਂ ਆਪਣੇ ਖੋਖੇ ਰੱਖ ਲਓ, ਅਸੀਂ ਤੁਹਾਡੇ ਨਾਲ ਹੈ। ਪਰ ਅੱਜ ਤੱਕ ਸਾਡੀ ਕੋਈ ਵੀ ਸੁਣਾਈ ਨਹੀਂ ਹੈ, ਪਰ ਹੁਣ ਕੱਲ੍ਹ ਨੂੰ ਕਹਿੰਦੇ ਚਾਕਾ ਲੈ ਜਾਣੇ ਖੋਖੇ ਜੋ ਵੀ ਹੈ। ਹੁਣ ਅੱਜ ਇੱਥੇ ਪੁਲ ਸਾਡੇ ਪਾਸੇ ਟੱਪਣ ਲੱਗਿਆ, ਉਹਦੇ ਵਿੱਚ ਸਾਡੇ ਖੋਖੇ ਆ ਰਹੇ ਆ। ਅਸੀਂ ਚਾਹੁੰਦੇ ਵੀ ਅਸੀਂ ਮਕੈਨੀਕਲ ਕੰਮ ਕਰ ਰਹੇ ਹਾਂ, ਸਾਨੂੰ ਕਿਤੇ ਨਾ ਕਿਤੇ ਸੈਟਿੰਗ ਕੀਤੀ ਜਾਵੇ ਸਾਡੀ, ਜਾਂ 5-5 ਫੁੱਟ ਕਿਤੇ ਜਗ੍ਹਾ ਦਿੱਤੀ ਜਾਵੇ।